ਨਹੀਂ ਬਦਲਾਵ ਤਾਂ ਜੀ ਆਲਰੇਡੀ ਲੋਕਾਂ ਨੇ ਦੇਖ ਚੁੱਕੇ ਆ, ਜੋ ਇੱਕ ਵਾਰੀ ਬਦਲਾਵ ਦੀ ਲਹਿਰ ਸੀ ਉਹਨੂੰ ਆਲਰੇਡੀ ਹੁਣ 2-2.5 ਸਾਲ ਉਹ ਪੁਰਾਣੀ ਹੋ ਚੁੱਕੀ ਹੈ। ਹੁਣ ਤਾਂ ਜੋ ਇਸ ਵਾਰੀ ਸਾਨੂੰ ਪੰਜਾਬ ਦੇ ਵਿੱਚ ਲੱਗ ਰਿਹਾ, ਲੋਕਾਂ ਨੇ ਚਿਹਰੇ ਨੂੰ ਵੋਟ ਪੈਣੀ ਹੈ। ਇਲੈਕਸ਼ਨ ਸੀਜ਼ਨ ਹੈ, ਆਈਏ ਗੱਲ ਕਰਦੇ ਹਾਂ ਲੋਕਾਂ ਨਾਲ ਔਰ ਖਾਸ ਤੌਰ ਸਟੂਡੈਂਟਸ ਨਾਲ, ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਮੁੱਦੇ ਹੈ ਉਹਨਾਂ ਦੇ ਨਾਲ ਰੈਜ਼ੋਨੇਟ ਕਰਦੇ ਹਾਂ। ਸਾਡੇ ਨਾਲ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ, ਤੁਸੀਂ ਦੱਸੋ ਕੀ ਮੁੱਦਾ ਹੈਗਾ ਜੋ ਤੁਹਾਡੇ ਨਾਲ ਰੈਜ਼ੋਨੇਟ ਕਰਦਾ ਹੈ, ਕਿਨ ਮੁੱਦਾਂ ਦੇ ਨਾਲ ਤੁਸੀਂ ਵੋਟ ਕਰੋਗੇ? ਜੀ ਆਪਾਂ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਵੀ ਜਿਹੜੀ ਸਰਕਾਰ ਆ ਉਹਨਾਂ ਦੇ ਮੈਨੀਫੈਸਟੋ ਤੇ ਚੰਗੀ ਤਰ੍ਹਾਂ ਆਪਾਂ ਨੂੰ ਧਿਆਨ ਦੇਣਾ ਚਾਹੀਦਾ, ਵੀ ਦੇਖਣਾ ਚਾਹੀਦਾ ਵੀ ਉਹਨਾਂ ਦੇ ਮੈਨੀਫੈਸਟੋ ਵੀ ਲੋੜਵੰਦ ਹੈਗੇ ਵੀ ਜਾਂ ਨਹੀਂ, ਤੇ ਜੇ ਦੇਖਣਾ ਚਾਹੀਦਾ ਵੀ ਆਪਾਂ ਨੂੰ ਵੀ ਇਹ ਸਰਕਾਰ ਉਸ ਕਾਬਲ ਹੈ ਵੀ ਕਿ ਨਹੀਂ, ਵੀ ਆਪਣੇ ਮੈਨੀਫੈਸਟੋ ਪੂਰੇ ਕਰਨ ਜਾਂ ਫਿਰ ਝੂਠੇ ਲਾ ਰਹੇ ਹੋਣ, ਤੇ ਇਸ ਆਧਾਰਾਂ ਤੇ ਆਪਾਂ ਨੂੰ ਵੋਟ ਕਰਨੀ ਚਾਹੀਦੀ ਹੈ। ਵੱਡੇ ਲੀਡਰਸ ਨੇ ਜੋ ਇਸ ਪਾਰਟੀ ਛੋੜ ਉਸ ਪਾਰਟੀ ਜਾ ਰਹੇ ਨੇ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਹੁਣ ਅਸੀਂ ਉਹਨਾਂ ਨੂੰ ਇੱਦਾਂ ਦੇਖਦੇ ਕਿ ਉਹਨਾਂ ਦੀ ਆਪਣੀ ਕੋਈ ਆਈਡੀਓਲੋਜੀ ਹੋਊਗੀ, ਉਹਦਾ ਆਪਣਾ ਕੋਈ ਸੋਚਣਾ ਹੋਊਗਾ, ਉਹਨੂੰ ਉਸ ਪਾਰਟੀ ਵਿੱਚ ਨਹੀਂ ਉਹ ਅਹਿਮੀਅਤ ਮਿਲਦੀ। ਕਈ ਵਾਰ ਇੱਕ ਪਾਰਟੀ ਇੱਕ ਮਤਲਬ ਵੀ ਜੇ ਮੰਨ ਲਓ ਮੈਂ ਕੋਈ ਪੋਲੀਟੀਕਲ ਲੀਡਰ ਹੋਵਾਂ, ਮੇਰੀ ਆਈਡੀਓਲੋਜੀ ਮੇਰੀ ਪਾਰਟੀ ਦੇ ਨਾਲ ਸ਼ਾਇਦ ਨਾ ਮੈਚ ਕਰੇ, ਕੋਈ ਇੱਦਾਂ ਕਰਕੇ ਕਨਫਲਿਕਟ ਹੋ ਸਕਦੀ ਹੈ, ਬਹੁਤ ਕਾਰਨਾਂ ਕਰਕੇ ਹੋ ਸਕਦੀ ਹੈ, ਆਪਾਂ ਚੇਂਜ ਕਰਦੇ ਹਾਂ, ਪਰ ਇਹ ਕੋਈ ਚੰਗੀ ਗੱਲ ਵੀ ਨਹੀਂ ਹੈਗੀ ਜੀ। ਜਦੋਂ ਤੁਸੀਂ ਸੁਸ਼ੀਲ ਕੁਮਾਰ ਰਿੰਕੂ ਹੈਗੇ ਕਿ ਰਾਜ ਕੁਮਾਰ ਛੱਬੇਵਾਲ ਹੈ, ਬਾਕੀ ਇਸ ਤਰ੍ਹਾਂ ਦੇ ਨੇਤਾ ਨੇ, ਕਿਸ ਤਰ੍ਹਾਂ ਦੇਖਦੇ ਹੋ? ਜੀ ਦੇਖਿਆ ਜਾਵੇ ਤਾਂ ਗਲਤ ਗੱਲ ਇਹ, ਕਿਉਂਕਿ ਕਈ ਪੋਟੈਂਸ਼ੀਅਲ ਲੀਡਰ ਹੁੰਦੇ ਆ ਇੱਦਾਂ, ਇਹਨਾਂ ਨਾਲ ਮਤਲਬ ਵੀ ਉਹਨਾਂ ਦੇ ਪੋਟੈਂਸ਼ੀਅਲ ਬਹੁਤ ਹੁੰਦਾ ਗਾ, ਪਰ ਜਦੋਂ ਪਾਰਟੀਆਂ ਚੇਂਜ ਕਰਦੇ ਤਾਂ ਉਹਨਾਂ ਦੀ ਇੱਕ ਛਵੀ ਖਰਾਬ ਹੋ ਜਾਂਦੀ ਹੈ ਵੀ ਇਹ ਕੋਈ ਸਟੈਂਡਲੈਸ ਬੰਦੇ ਆ, ਤੇ ਜਿਸ ਕਰਕੇ ਵੀ ਐਂ ਕਰਕੇ ਵੀ ਉਹ ਫਿਰ ਥੱਲੇ। ਪੰਜਾਬ ਦੇ ਯੂਥ ਦਾ ਕੀ ਮੁੱਦਾ ਹੈ? ਪੰਜਾਬ ਦੇ ਯੂਥ ਦਾ ਪਹਿਲਾਂ ਤਾਂ ਬੇਰੁਜ਼ਗਾਰੀ, ਕਿ ਕੰਮ ਨਹੀਂ ਹੈ, ਤੇ ਦੂਜਾ ਪੰਜਾਬ ਦੇ ਯੂਥ ਨੂੰ ਇੱਕ ਵਧੀਆ ਵਿਜ਼ਨ ਹੋਣਾ ਚਾਹੀਦਾ ਕਿ ਸਰਕਾਰ ਨੂੰ ਦਿਖਾਉਣਾ ਚਾਹੀਦਾ, ਵਿਜ਼ਨ ਦੀ ਕਮੀ ਹੈ ਪਹਿਲੀ ਗੱਲ ਤਾਂ, ਇਨਫਲੂਐਂਸ ਕਰਨਾ ਚਾਹੀਦਾ ਕਿ 2022 ਵਿੱਚ ਜਿਸ ਤਰ੍ਹਾਂ ਅਸੀਂ ਦੇਖਿਆ ਸੀਗਾ ਕਿ ਬਹੁਮਤ ਆਈ ਸੀ ਆਮ ਆਦਮੀ ਪਾਰਟੀ ਦੀ, ਉਹ ਬਦਲਾਵ ਤੁਹਾਨੂੰ ਹੁਣ ਵੀ ਦਿਖੇਗਾ ਕਿ ਹੁਣ ਕੁਝ ਉਥਲ ਪੁਥਲ ਹੋ ਸਕੇ? ਨਹੀਂ ਜੀ, ਬਦਲਾਵ ਹਜੇ ਦੇਖਿਆ ਜਾ ਸਕਦਾ, ਹਜੇ ਤਾਂ ਸਮਾਂ ਹੀ ਬਹੁਤ ਥੋੜਾ ਹੋਇਆ, ਮੈਂ ਇਹ ਨਹੀਂ ਕਹਿੰਦਾ ਵੀ ਕਿ ਮੈਂ ਉਹਨਾਂ ਦੀ ਸਰਕਾਰ ਦੇ ਪੱਖ ਦਾਂਗਾ, ਪਰ ਦੇਖਿਆ ਜਾਵੇ ਪਿਛਲੇ ਬਹੁਤ ਸਮਿਆਂ ਤੋਂ ਜਿਹੜਾ ਪੰਜਾਬ ਦਾ ਹਾਲ ਸੀਗਾ ਵੀ ਸਭ ਕੁਝ ਵੀ ਬਹੁਤ ਜ਼ਿਆਦਾ ਗੰਦ ਖਿਲ ਰਿਹਾ ਸੀਗਾ, ਜਾਂ 70-80 ਸਾਲਾਂ ਦੇ ਗੰਦ ਨੂੰ ਆਪਾਂ 2 ਸਾਲਾਂ 'ਚ ਤਾਂ ਨਹੀਂ ਆਪਾਂ ਸੰਭਰ ਸਕਦੇ ਨਾ। ਕੀ ਸੋਚਦੇ? ਸੇਮ ਸਹੀ ਗੱਲ ਹੈ ਜੀ, ਕਿ ਨਵੀਂ ਸਰਕਾਰ ਆ, ਨਵਾਂ ਉਹਨਾਂ ਦਾ ਆਪਣਾ ਕੰਮ ਕਰਨ ਦਾ ਤਰੀਕਾ। ਪੰਜਾਬ ਯੂਨੀਵਰਸਿਟੀ ਦੇ ਬਾਅਦ ਅਸੀਂ ਪਹੁੰਚੇ ਹਾਂ ਸੈਕਟਰ 17, ਇਹਦੇ ਵਿੱਚ ਲੋਕਾਂ ਨਾਲ ਗੱਲ ਕਰਨੇ ਔਰ ਜਾਣਦੇ ਹਾਂ ਲੋਕਾਂ ਦਾ ਕੀ ਮੂਡ ਬਣ ਰਿਹਾ ਇਸ ਚੋਣਾਂ ਵਿੱਚ, ਜਿਸ ਤਰ੍ਹਾਂ ਪੰਜਾਬ ਵਿੱਚ ਪੂਰਾ ਚੱਲ ਰਿਹਾ ਹੈ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਕਿਉਂਕਿ ਕੋਈ ਇਸ ਪਾਰਟੀ ਜਾ ਰਿਹਾ ਹੈ, ਕੋਈ ਉਸ ਪਾਰਟੀ ਜਾ ਰਿਹਾ ਹੈ, ਲੇਕਿਨ ਉਹ ਜੋ ਗੱਲ ਸੀ ਬਦਲਾਵ ਵਾਲੀ 2022 ਵਾਲੀ, ਉਹ ਗੱਲ ਹੁਣੇ ਵੀ ਹੈ ਕਿ ਲੱਗਦਾ ਹੈ ਕਿ ਕੁਝ ਬਦਲਾਵ ਆਏਗਾ? ਨਹੀਂ, ਬਦਲਾਵ ਤਾਂ ਜੀ ਆਲਰੇਡੀ ਲੋਕਾਂ ਨੇ ਦੇਖ ਚੁੱਕੇ ਆ, ਜੋ ਇੱਕ ਵਾਰੀ ਬਦਲਾਵ ਦੀ ਲਹਿਰ ਸੀ ਉਹਨੂੰ ਆਲਰੇਡੀ ਹੁਣ 2-2.5 ਸਾਲ ਉਹ ਪੁਰਾਣੀ ਹੋ ਚੁੱਕੀ ਹੈ। ਹੁਣ ਤਾਂ ਜੋ ਇਸ ਵਾਰੀ ਸਾਨੂੰ ਪੰਜਾਬ ਦੇ ਵਿੱਚ ਲੱਗ ਰਿਹਾ, ਲੋਕਾਂ ਨੇ ਚਿਹਰੇ ਨੂੰ ਵੋਟ ਪੈਣੀ ਹੈ, ਕਿ ਇੰਡੀਵਿਜੁਅਲਿਟੀ ਨੂੰ ਜੇ ਦੇਖਿਆ ਜਾਵੇ ਕਿਹੜੇ ਬੰਦੇ ਦਾ ਕੰਮ ਸਹੀ ਹੈ, ਕਿਹੜੇ ਬੰਦੇ ਨੇ ਪਾਵਰ 'ਚ ਰਹਿੰਦੇ ਹੋਏ ਕੰਮ ਵਧੀਆ ਕੀਤਾ, ਅੱਜ ਦੇ ਟਾਈਮ 'ਤੇ ਉਸ ਬੰਦੇ ਨੂੰ ਜ਼ਿਆਦਾ ਵੋਟ ਪੈ ਰਹੀ ਹੈ। 4-corner ਕੰਟੈਸਟ ਹੈਗਾ, ਬੀਜੇਪੀ ਹੈ, ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ, ਕਿਹਦਾ ਤੁਹਾਨੂੰ ਲੱਗਦਾ ਹੈ ਦਬਦਬਾ? ਮੈਨੂੰ ਲੱਗ ਰਿਹਾ ਕਿ ਜਿਹੜੀ ਕਾਂਗਰਸ ਪਾਰਟੀ ਆ ਉਹਦਾ ਦਬਦਬਾ ਜ਼ਿਆਦਾ ਰਹੂਗਾ, ਕਿਉਂਕਿ ਲੋਕਾਂ ਦੇ ਮਨਾਂ ਤੋਂ ਆਪ ਦਾ ਫਤੂਲ ਜਿਹੜਾ ਸੀ ਉਤਰ ਚੁੱਕਿਆ, ਜਿਹੜੇ ਭਾਜਪਾ ਵਾਲੇ ਹੈਗੇ ਤਾਂ ਅਕਾਲੀਆਂ ਦਾ ਵੈਸੇ ਕੋਈ ਹੁਣ ਨਹੀਂ ਰਿਹਾ ਪੰਜਾਬ ਦੇ ਵਿੱਚ। ਸੋ ਮੈਂ ਸੋਚਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਹੀ ਜਿੱਤ ਪ੍ਰਾਪਤ ਕਰੇਗੀ। ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਪਾਰਟੀ ਬਦਲਦਾ ਹੈ, ਕਿਉਂਕਿ ਇੱਕ ਇਨਸਾਨ ਹੈ ਉਹ ਇੱਕ ਪਾਰਟੀ ਚ ਹੈ, ਫਿਰ ਦੂਜੀ, ਫਿਰ ਤੀਜੀ, ਔਰ ਇਸ ਤਰ੍ਹਾਂ ਸਟੇਟ ਚ ਵੀ ਹੋ ਰਿਹਾ, ਨੈਸ਼ਨਲ ਲੈਵਲ ਚ ਵੀ ਹੋ ਰਿਹਾ? ਓਪਰਚੁਨਿਸਟਿਕ ਲੀਡਰ ਨੇ ਜੀ, ਆਈ ਗੈਸ ਜਿਹੜਾ ਵਰਕਰ ਹੈ
ਉਹ ਫਿਰ ਵੀ ਕਿਤੇ ਨਾ ਕਿਤੇ ਸਟੇਬਲ ਹੁੰਦਾ। ਲੀਡਰ ਬੜੇ ਤਰੀਕੇ ਨਾਲ ਪ੍ਰੈਸ਼ਰਾਈਜ਼ ਹੋ ਜਾਂਦਾ, ਕੋਈ ਉਹਨਾਂ ਨੇ ਗਲਤ ਕੰਮ ਕੀਤੇ ਹੁੰਦੇ ਆ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ। ਤੇ ਜੋ ਅੱਜ ਦੇ ਟਾਈਮ ਦੇ ਵਿੱਚ ਹੋ ਰਿਹਾ, ਜਿਹੜੀ ਵੀ ਪਾਰਟੀ ਪਾਵਰ 'ਚ ਹੈ ਉਹ ਕੋਈ ਨਾ ਕੋਈ ਇਹਨਾਂ ਦਾ ਕੁੰਡੀ ਲੱਭ ਕੇ ਤੇ ਇਹਨਾਂ ਨੂੰ ਆਪਦੇ ਵੱਲ ਕਰਨ ਦੀ ਇਲੈਕਸ਼ਨ ਦੇ ਟਾਈਮ 'ਚ ਕੰਮ ਕਰਦੇ ਆ। ਇਹ ਬ੍ਰੇਨ ਡਰੇਨ ਵਗੈਰਾ ਕੋਈ ਹੋਰ ਚੀਜ਼? ਮੈਂ ਕਹਿੰਦਾ ਕਿ ਜਿਹੜਾ ਅੱਜ ਦਾ ਮੁੱਦਾ ਇੰਪਲੋਇਮੈਂਟ ਕਾਫੀ ਅੱਛਾ ਮੁੱਦਾ, ਕਿਉਂਕਿ ਲੋਕਾਂ ਨੂੰ ਨਹੀਂ ਮਿਲ ਰਹੀ ਇੰਪਲੋਇਮੈਂਟ। ਆਪ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਅਧਿਆਪਕ ਅਸੀਂ ਪੱਕੇ ਕਰਾਂਗੇ, ਹੋਰ ਵੀ ਲੋਕਾਂ ਨੂੰ ਕਾਫੀ ਨੌਕਰੀਆਂ ਦੇਵਾਂਗੇ, ਪਰ ਇਹ ਪੰਜਾਬ ਦੇ ਵਿੱਚ ਕੁਛ ਵੀ ਨਹੀਂ ਹੋਇਆ। ਲੋਕਾਂ ਇਹ ਕਹਿੰਦੇ ਲੋਕਾਂ ਨੂੰ ਨਹੀਂ ਲਾਉਣ ਦਿੱਤਾ ਜਾਊਗਾ ਧਰਨਾ ਵਗੈਰਾ, ਪਰ ਜਦੋਂ ਦੀ 2-2.5 ਸਾਲ ਹੋ ਗਏ ਸਰਕਾਰ ਆਈ ਆ, ਧਰਨੇ ਧਰਨੇ ਲੱਗ ਰਹੇ ਆ ਤੇ ਭਗਵੰਤ ਮਾਨ ਸਾਹਿਬ ਬਸ ਆਪਦਾ ਆਨੰਦ ਮਾਣ ਰਹੇ ਆ। ਤੇ ਮੈਂ ਕਹਿੰਦਾ ਭਗਵੰਤ ਮਾਨ ਸਾਹਿਬ ਬਦਲਾਵ ਲੈ ਕੇ ਆਏ ਆ, ਆਪਦੇ ਪਰਿਵਾਰ ਚ ਬਦਲਾਵ ਲੈ ਕੇ ਆਏ ਆ, ਲੋਕਾਂ ਦੇ ਦਿਲਾਂ ਚ ਕੋਈ ਬਦਲਾਵ ਨਹੀਂ ਆਇਆ। ਤੇ ਮੈਂ ਸੋਚਦਾ ਕਿ ਇਹ ਹੁਣ ਆਪ ਪਾਰਟੀ ਪੂਰੀ ਸਟੇਟ ਲੈਵਲ 0 ਹੋ ਚੁੱਕੀ ਆ ਅੱਜ ਦੇ ਟਾਈਮ ਚ। ਕਾਫੀ ਰੋਸ਼ ਹੈ, ਲੇਕਿਨ ਅਸੀਂ ਦੱਸ ਰਹੇ ਸੀ ਔਰ ਹੋਰ ਵੀ ਲੋਕ ਨੇ ਇੱਥੇ, ਲੇਕਿਨ ਤੁਸੀਂ ਸੁਣੀਏ ਗੱਲ ਪੰਜਾਬ ਯੂਨੀਵਰਸਿਟੀ ਦੀ, ਹੁਣ ਸੈਕਟਰ 17 ਦੀ, ਔਰ ਵੱਖਰੇ ਵੱਖਰੇ ਲੋਕ ਆਪਣੀ ਵਿਚਾਰ ਰੱਖ ਰਹੇ ਨੇ, ਲੇਕਿਨ ਇਹ ਇਲੈਕਸ਼ਨ ਦੀ ਸ਼ੁਰੂਆਤ ਹੈ, ਕੀ ਮੂਡ ਬਣੇਗਾ ਲੋਕਾਂ ਦਾ? 4-corner ਕੰਟੈਸਟ ਹੈ, ਇਹ ਸਾਰੀ ਗੱਲ ਹੁਣ ਦੇਖਣੇ ਲਾਇਕ ਹੈ। ਕੈਮਰਾ ਪਰਸਨ ਚਾਂਦੀ ਰਾਮ ਦੇ ਨਾਲ ਕਮਲਜੀਤ ਸੰਧੂ, ਚੰਡੀਗੜ੍ਹ, ਪੰਜਾਬ ਤੱਕ।